ਪੰਜਾਬ ਸਰਕਾਰ ਵੱਲੋਂ 2 ਦਿਨਾਂ ਦਾ ਅੱਜ ਤੇ ਕੱਲ ਦੇ ਲਈ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਗਿਆ ਤਾਂ ਇਸ ਦੇ ਉੱਪਰ ਮੁਰਤੋਂ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੇ ਸਵਾਲ ਖੜੇ ਕਰ ਦਿੱਤੇ ਨੇ ਕੁਲਤਾਰ ਸਿੰਘ ਸੰਧਵਾ ਵਿਧਾਨ ਸਭਾ ਦੇ ਸਪੀਕਰ ਨੇ ਉਹਨਾਂ ਨੂੰ ਰਾਜਪਾਲ ਨੇ ਇੱਕ ਹੋਰ ਚਿੱਠੀ ਭੇਜੀ ਹੈ ਤੇ ਸਵਾਲ ਇਹ ਪੁੱਛਿਆ ਨਾਲ ਦੀ ਨਾਲ ਖੜੇ ਵੀ ਕਿਤੇ ਨੇ ਸਵਾਲ ਕਿ ਜੇਕਰ ਇਸ ਸੈਸ਼ਨ ਦੇ ਵਿੱਚ ਕੋਈ ਖਾਸ ਕੰਮਕਾਰ ਨਹੀਂ ਹੈ ਜਾਂ ਫਿਰ ਇਸ ਦੇ ਵਿੱਚ ਕੋਈ ਖਾਸ ਬਿਜ਼ਨਸ ਨਹੀਂ ਹੈ ਤਾਂ ਫਿਰ ਸੈਸ਼ਨ ਨੂੰ ਕਿਉਂ ਬੁਲਾਇਆ ਗਿਆ ਜਿਹੜਾ ਤੁਸੀਂ ਇਸ ਵਾਰ ਕੰਮ ਕਰਨਾ ਚਾਹੁੰਦੇ ਹੋ ਵਿਧਾਨ ਸਭਾ ਦੇ ਵਿੱਚ ਉਹ ਅਗਲੇ ਸੈਸ਼ਨ ਨੂੰ ਜੋ ਸੱਧਿਆ ਜਾਣਾ ਸੀ ਉਸ ਦੇ ਵਿੱਚ ਵੀ ਇਸ ਨੂੰ ਉਠਾਇਆ ਜਾ ਸਕਦਾ ਸੀ ਤਾਂ ਸੈਸ਼ਨ ਦੇ ਉੱਪਰ ਹੁਣ ਰਾਜਪਾਲ ਵਰਸਸ ਵਿਧਾਨ ਸਭਾ ਦੇ ਸਪੀਕਰ ਹੋ ਚੁੱਕੇ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਇੱਕ ਚਿੱਠੀ ਜਿਹੜੀ ਹੈਗੀ ਹੈ ਉਹ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਪੰਜਾਬ ਦੇ ਰਾਜਪਾਲ ਬਨਵਾਰੀ لال ਪ੍ਰੋਹਿਤ ਨੇ ਲਿਖੀ ਸੀ ਤਾਂ ਉਦੋਂ ਜਦੋਂ ਸੈਸ਼ਨ ਦੀ ਮੰਗ ਕੀਤੀ ਸੀ ਕਿ ਅਸੀਂ ਬੁਲਾ ਰਹੇ ਹਾਂ ਤਾਂ ਉਸ ਤੋਂ ਬਾਅਦ ਹਾਲਾਂਕਿ ਗਵਰਨਰ ਨੇ ਇਸ ਨੂੰ ਮਨਜ਼ੂਰੀ ਦਿੱਤੀ ਤੇ ਨਾਲ ਦੀ ਨਾਲ ਇਹ ਵੀ ਪੁੱਛਿਆ ਸੀ ਕਿ ਤੁਸੀਂ ਕਿਸ ਕਾਨੂੰਨ ਦੇ ਤਹਿਤ ਸ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਵਿਸ਼ੇਸ਼ ਸੈਸ਼ਨ ਬੁਲਾ ਰਹੇ ਹਾਂ ਤੇ ਨਾਲ ਦੀ ਨਾਲ ਇਸ ਵਿਸ਼ੇਸ਼ ਸੈਸ਼ਨ ਦੇ ਵਿੱਚ ਕੀ ਕੰਮ ਹੈ ਕੀ ਬਿਜ਼ਨਸ ਕੀ ਰੱਖਿਆ ਸਰਕਾਰ ਨੇ ਇਸ ਦੀ ਜਿਹੜੀ ਜਾਣਕਾਰੀ ਦਿੱਤੀ ਜਾਵੇ ਤਾਂ ਉਸ ਸਮੇਂ ਕੁਲਤਾਰ ਸਿੰਘ ਸੰਧਵਾਨ ਇਸ ਦਾ ਜਵਾਬ ਦੇ ਦਿੱਤਾ ਸੀ ਤਾਂ ਰਾਜਪਾਲ ਨੇ ਇਸ ਦੇ ਉੱਪਰ ਮੋਹਰ ਲਗਾ ਦਿੱਤੀ ਸੀ ਸੈਸ਼ਨ ਬੁਲਾਉਣ ਦੇ ਲਈ ਇਜਲਾਸ ਬੁਲਾਉਣ ਦੇ ਲਈ ਤਾਂ ਹੁਣ ਜਦੋਂ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਦੁਪਹਿਰ 2 ਵਜੇ ਵਿਧਾਨ ਸਭਾ ਦਾ ਇਜਲਾਸ ਸ਼ੁਰੂ ਹੋਣ ਜਾ ਰਿਹਾ ਤਾਂ ਉਸ ਤੋਂ ਪਹਿਲਾਂ ਇੱਕ ਹੋਰ ਚਿੱਠੀ ਜਿਹੜੀ ਹੈਗੀ ਹੈ ਉਹ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਭੇਜੀ ਗਈ ਹੈ ਉਸ ਦੇ ਵਿੱਚ ਰਾਜਪਾਲ ਨੇ ਦੁਬਾਰਾ ਸਵਾਲ ਖੜੀ ਕੀਤੇ ਹੈ ਕਿ ਜੇਕਰ ਤੁਹਾਨੂੰ ਜੇਕਰ ਸਰਕਾਰ ਨੂੰ ਇਸ ਸੈਸ਼ਨ ਦੇ ਵਿੱਚ ਕੋਈ ਜ਼ਿਆਦਾ ਖਾਸ ਕੰਮ ਨਹੀਂ ਸੀ ਤਾਂ ਇਸ ਨੂੰ ਕਿਉਂ ਬੁਲਾਇਆ ਗਿਆ ਕਿਉਂ ਇਸ ਸੈਸ਼ਨ ਨੂੰ ਸੱਦਿਆ ਗਿਆ ਅਗਲੇ ਸੈਸ਼ਨ ਦੇ ਵਿੱਚ ਵੀ ਇਹ ਜੋ ਤੁਸੀਂ ਅੱਜ ਕੰਮ ਕਰਨਾ ਚਾਹੁੰਦੇ ਹੋ ਜਾਂ ਕੱਲ ਕਰਨਾ ਚਾਹੁੰਦੇ ਹੋ ਇਹਨੂੰ ਤੁਸੀਂ ਅਗਲੇ ਜਿਹੜਾ ਸੈਸ਼ਨ ਬੁਲਾਇਆ ਜਾਣਾ ਸੀ ਉਸ ਤੋਂ ਬਾਅਦ ਜੋ ਰੋਟੀਨ ਵਾਈਜ਼ ਸਦੇ ਜਾਂਦਾ ਸੈਸ਼ਨ ਤਾਂ ਉਸ ਦੇ ਵਿੱਚ ਵੀ ਉਠਾਇਆ ਜਾ ਸਕਦਾ ਸੀ ਫਿਰ ਸਪੈਸ਼ਲ ਸੈਸ਼ਨ ਬਲਾੰਡ ਦੀ ਕੀ ਲੋੜ ਪੈ ਗਈ ਸਰਕਾਰ ਨੂੰ ਇਹ ਸਵਾਲ ਜਿਹੜੇ ਹੈਗੇ ਨੇ ਇਹ ਖੜੇ ਕੀਤੇ ਨੇ ਇਸ ਤੋਂ ਪਹਿਲਾਂ ਜੇਕਰ ਦੇਖਿਆ ਜਾਵੇ ਤਾਂ ਸੁਪਰੀਮ ਕੋਰਟ ਤੱਕ ਸਰਕਾਰ ਪੰਜਾਬ ਸਰਕਾਰ ਪਹੁੰਚੀ ਹੈ ਜਦੋਂ ਰਾਜਪਾਲ ਨੇ ਇੱਕ ਵਾਰ ਫਰਵਰੀ ਮਹੀਨੇ ਵਿਧਾਨ ਸਭਾ ਦਾ ਸੈਸ਼ਨ ਸਦਨ ਦੇ ਉੱਪਰ ਇਤਰਾਜ਼ ਜਤਾਇਆ ਸੀ ਤਾਂ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ ਸੁਪਰੀਮ ਕੋਰਟ ਜਾ ਕੇ ਫੇਰ ਜਾ ਕੇ ਰਾਜਪਾਲ ਨੇ ਜਿਹੜੀ ਹੈ ਹਰੀ ਝੰਡੀ ਦਿੱਤੀ ਸੀ ਵਿਧਾਨ ਸਭਾ ਦੇ ਸੈਸ਼ਨ ਨੂੰ ਤਾਂ ਉਸ ਸਮੇਂ ਰਾਜਪਾਲ ਤੇ ਸਰਕਾਰ ਨੂੰ ਇੱਕ ਹੀ ਕਮੈਂਟ ਕੀਤਾ ਸੀ ਸੁਪਰੀਮ ਕੋਰਟ ਨੇ ਸਰਕਾਰ ਨੂੰ ਹਦਾਇਤ ਕੀਤੀ ਸੀ ਕਿ ਰਾਜਪਾਲ ਦਾ ਵੀ ਇੱਕ ਜਿਹੜਾ ਹੈਗਾ ਅਧਿਕਾਰਿਕ ਤੌਰ ਦੇ ਉੱਪਰ ਇੱਕ ਵਿਅਕਤੀ ਹੈ ਜ਼ਿੰਮੇਵਾਰ ਵਿਅਕਤੀ ਨੇ ਤਾਂ ਇਸ ਕਰਕੇ ਜੋ ਵੀ ਸਵਾਲ ਰਾਜਪਾਲ ਪੁੱਛਦੇ ਆ ਉਸ ਦਾ ਜਵਾਬ ਦੇਣਾ ਪੰਜਾਬ ਸਰਕਾਰ ਨੂੰ ਜ਼ਰੂਰੀ ਹੋਵੇਗਾ ਰਾਜਪਾਲ ਨੇ ਇੱਕ ਹੋਰ ਸਵਾਲ ਖੜੇ ਕੀਤੇ ਸੀ ਕਿ ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ 10 ਚਿੱਠੀਆਂ ਲਿਖ ਚੁੱਕਿਆ ਹਾਂ ਪਰ ਇੱਕ ਵੀ ਚਿੱਠੀ ਦਾ ਮੇਰੇ ਕੋਲ ਉਹਨਾਂ ਨੇ ਕੋਈ ਜਵਾਬ ਨਹੀਂ ਭੇਜਿਆ ਅੱਜ ਦੁਪਹਿਰ 2 ਵਜੇ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਸੈਸ਼ਨ ਦੇ ਵਿੱਚ ਜੋ ਅੱਜ ਫਿਲਹਾਲ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਹੈ ਤੇ ਅਗਲੇ ਦਿਨ ਜਿਹੜਾ ਹੈਗਾ ਹੈ ਗੁਰਬਾਣੀ ਦੇ ਪ੍ਰਸਾਰਣ ਨੂੰ ਆਰਡੀਐਫ ਤੇ ਐਨਐਚਐਮ ਨੈਸ਼ਨਲ ਹੈਲਥ ਮਿਸ਼ਨ ਦੇ ਜਿਹੜੇ ਫੰਡ ਰੁਕੇਗੇ ਨੇ ਉਸ ਦੇ ਉੱਪਰ ਵਿਚਾਰ ਚਰਚਾ ਕੀਤੀ ਜਾ ਸਕਦੀ ਹੈ ਇਸ اجلاس ਤੋਂ ਪਹਿਲਾਂ ਵਿਧਾਨ ਸਭਾ ਕੈਬਨਿਟ ਦੀ ਮੀਟਿੰਗ ਵੀ ਹੈ ਮੀਟਿੰਗ ਦੇ ਵਿੱਚ ਵੀ ਇਹ ਮੁੱਦੇ ਉਠਾਏ ਜਾਣਗੇ